ਪੰਜਾਬ ਦੇ ਹੁਣ ਦੁਕਾਨਦਾਰਾਂ ਦੀ ਖੈਰ ਨਹੀਂ ਲੱਗਦੀ। ਤੁਹਾਨੂੰ ਦੱਸ ਦਈਏ ਕਿ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ, ਜਿੱਥੇ ਕਿ ਪ੍ਰਦੂਸ਼ਣ ਕੰਟਰੋਲ ਅਤੇ ਨਗਰ ਨਿਗਮ ਦੀ ਟੀਮ ਦੇ ਅਧਿਕਾਰੀਆਂ ਦੇ ਵੱਲੋਂ ਅੱਜ ਵੱਖ ਵੱਖ ਥਾਵਾਂ 'ਤੇ ਅਚਨਚੇਤ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਜਿੱਥੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਪਲਾਸਟਿਕ ਦੇ ਲਿਫਾਫੇ ਕਾਫੀ ਮਾਤਰਾ ਦੇ ਵਿੱਚ ਬਰਾਮਦ ਕੀਤੇ ਗਏ ਅਤੇ ਲਿਫਾਫੇ ਵਰਤਣ ਵਾਲੇ ਦੁਕਾਨਦਾਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਉੱਥੇ ਇਸ ਪੂਰੇ ਮੌਕੇ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰ ਦਾ ਕੀ ਕਹਿਣਾ, ਤੁਸੀਂ ਆਪ ਹੀ ਦੇਖੋ। ਸ਼ੁਭ ਨਾਮ? ਸਾਹਿਲ ਗੋਇਲ। ਕਿਹੜੇ ਡਿਪਾਰਟਮੈਂਟ ਵੱਲੋਂ? ਮੈਂ SDO ਐਮ, ਪੋਲਿਊਸ਼ਨ ਕੰਟਰੋਲ ਬੋਰਡ। ਅੱਜ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਵੱਡੀ ਪੱਧਰ ਦੇ ਉੱਪਰ, ਕਿਸ ਚੀਜ਼ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਔਰ ਕੀ ਇਹਦਾ ਖਾਸ ਜਿਹੜਾ ਮਕਸਦ? ਇਹ ਆਪਣਾ ਬੈਨ ਕਰਨ ਵਾਸਤੇ ਆ ਸਿੰਗਲ ਯੂਜ਼ ਪਲਾਸਟਿਕ, ਜਿਹੜੇ ਆਪਣੇ ਸਰਕਾਰ ਵੱਲੋਂ ਹੋਏ ਨੇ, ਇਸਨੂੰ SUP ਕਹਿ ਦਿੰਦੇ ਨੇ, ਅਤੇ ਇਹ ਆਪਣੇ ਜਿਹੜੇ ਡਿਸਟ੍ਰੀਬਿਊਟਰਸ ਹੈਗੇ ਨੇ ਅਤੇ ਜਿਹੜੇ ਆਪਣੇ ਬਾਇਰਸ ਹੈਗੇ ਨੇ ਉਹਨਾਂ ਦੀ ਚੈਕਿੰਗ ਹੋ ਰਹੀ ਹੈ। ਜਿਹੜੇ ਡਿਸਟ੍ਰੀਬਿਊਟਰ ਆਪਣੇ ਵੇਚਦੇ ਨੇ ਆਪਣੇ ਪਲਾਸਟਿਕ, ਉਸ 'ਚ ਪਲਾਸਟਿਕ ਆਪਣੇ ਕੈਰੀ ਬੈਗਸ ਆ ਜਾਂਦੇ ਨੇ, ਕਟਲਰੀਜ਼ ਆ ਜਾਂਦੀਆਂ ਨੇ ਆਪਣੀਆਂ, ਅਤੇ ਆਪਣਾ ਹੋਰ ਵੀ ਜਿਹੜਾ ਆਪਣੇ ਪਲਾਸਟਿਕ ਜਿਹੜੇ ਚੀਜ਼ਾਂ ਆ ਜਾਂਦੀਆਂ ਨੇ, ਸਾਰੇ ਕੇ ਸਾਰੇ ਨਾਲੇ ਬਾਇਰਸ 'ਚ ਆ ਜਾਂਦੇ ਨੇ। ਕਿੰਨੀਆਂ ਕੁ ਜਗ੍ਹਾ 'ਤੇ ਜਿਹੜੀ ਆ ਚੈਕਿੰਗ ਕਰ ਚੁੱਕੇ ਹੋ ਜਾਂ ਹੋਰ ਕਿੰਨੀ ਕੁ ਰਹਿੰਦੀ ਆ ਅੱਜ? ਕਿੰਨੇ ਕਰੀਬਨ? ਅਸੀਂ 10 ਤੋਂ 15 ਜਗ੍ਹਾ ਚੈੱਕ ਕਰ ਚੁੱਕੇ ਹਾਂ, ਅਤੇ ਆਪਣੇ ਹਾਲੇ ਬਾਇਰ ਸਾਰੇ ਚੈੱਕ ਹੋ ਚੁੱਕੇ, ਹੁਣ ਅਸੀਂ ਡਿਸਟ੍ਰੀਬਿਊਟਰ ਚੈੱਕ ਕਰਾਂਗੇ ਸਾਰੇ। ਕਿੰਨਾ ਕੁ ਕੁਛ ਮਿਲਿਆ ਜੀ? ਆਪਾਂ ਨੂੰ ਜਿਵੇਂ ਕਿ ਕਹਿੰਦੇ ਡਿਸਪੋਜ਼ਬਲ ਗਲਾਸਿਸ ਹੋ ਗਏ, ਡਿਸਪੋਜ਼ਬਲ ਚਮਚ ਹੋ ਗਏ, ਸਪੂਨਸ ਹੋ ਗਏ, ਫੋਕਸ ਹੋ ਗਏ ਆਪਣੇ, ਅਤੇ ਪਲੱਸ ਆਪਣੇ ਸਟਰੋਸ ਹੋ ਗਏ ਡਿਸਪੋਜ਼ਬਲ, ਇਹ ਸਾਰੇ ਆਪਾਂ ਨੂੰ ਪ੍ਰਾਪਤ ਹੋ ਰਹੇ। ਇੱਦਾਂ ਜਿਹੜੀਆਂ ਬੈਨ ਕੀਤੀਆਂ ਹੋਈਆਂ ਚੀਜ਼ਾਂ ਨੇ, ਫਿਰ ਇਹ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਅਵੇਲੇਬਲ ਹੈ ਜੀ? ਇਹ ਡਿਸਟ੍ਰੀਬਿਊਟਰ ਸਾਰੇ ਇਸਨੂੰ ਵੇਚ ਰਹੇ ਨੇ, ਅਤੇ ਇਹ ਆਪਣੇ ਬਾਇਰਸ ਨੂੰ ਬਾਏ ਕਰ ਰਹੇ ਨੇ, ਅਤੇ ਇਸ ਚੀਜ਼ ਨੂੰ ਰੋਕਣ ਲਈ ਹੀ ਅਸੀਂ ਕਰ ਰਹੇ ਹਾਂ ਚੈਕਿੰਗ, ਤਾਂ ਕਿ ਮਤਲਬ ਅੱਗੇ ਆਉਣ ਵਾਲੇ ਟਾਈਮ 'ਚ ਇਸ ਨੂੰ ਕੋਈ ਨਾ ਵੇਚੇ ਨਾ ਹੀ ਕੋਈ ਖਰੀਦੇ। ਕੀ ਇਸ ਦੇ ਉੱਪਰ ਜਿਹੜਾ ਤੁਹਾਡੇ ਵੱਲੋਂ ਇਹਨਾਂ ਨੂੰ ਪਨਿਸ਼ਮੈਂਟ ਵਾਸਤੇ ਕੀ ਕੀਤਾ ਜਾਂਦਾ ਜੀ? ਇਹਨਾਂ 'ਤੇ ਆਪਾਂ ਚਲਾਨ ਫਾਈਨ ਕਰ ਰਹੇ ਹਾਂ, ਜਿਹੜੇ ਆਪਾਂ ਨੂੰ ਉੱਪਰ ਆਰਡਰਸ ਹੋਏ ਨੇ, ਅਤੇ ਉਸ ਚਲਾਨ ਦੇ ਤਹਿਤ ਇਹਨਾਂ ਦੀ ਇੱਕ ਤਰ੍ਹਾਂ ਦੀ ਪਨਿਸ਼ਮੈਂਟ ਹੀ ਕਹਿ ਲਓ, ਅਤੇ ਉਸ ਚਲਾਨ ਦੇ ਤਹਿਤ ਇਹਨਾਂ ਨੂੰ ਰੋਕਿਆ ਜਾਏਗਾ। ਕਿੰਨੇ ਤੋਂ ਕਿੰਨੇ ਤੱਕ ਦਾ ਚਲਾਨ ਹੈ ਜਿਹੜਾ ਜੀ? ਇਹ ਆਪਣੇ ਚਲਾਨ ਦੀ ਫਿਗਰਸ ਇਹ ਦੱਸਾਂਗੇ ਆਪਣੇ ਬਿਹਤਰ ਮਿਊਨਿਸਪਲ ਕਾਰਪੋਰੇਸ਼ਨ ਨਾਲ। ਕਾਰਪੋਰੇਸ਼ਨ ਨੇ ਜਿਹੜਾ ਡਿਸਾਈਡ ਕਰਨਾ ਵੀ ਕਿੰਨਾ ਚਲਾਨ ਹੈ। ਤੁਹਾਡੇ ਵੱਲੋਂ ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਸਿਰਫ ਰੋਕਿਆ ਜਾ ਰਿਹਾ ਹੈ ਕਿ ਪੋਲਿਊਸ਼ਨ ਵੀ ਗਲਤ ਕਰ ਰਹੇ ਨੇ? ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਗਾਈਡਲਾਈਨਸ ਦੇ ਤਹਿਤ ਹੈਗਾ, ਮਿਊਨਿਸਪਲ ਕਾਰਪੋਰੇਸ਼ਨ ਚੈੱਕ ਕਰਨਗੇ ਆਪਣੇ ਸਿੰਗਲ ਯੂਜ਼ ਪਲਾਸਟਿਕ ਵੱਲੋਂ, ਸਾਡੀ ਮੋਨੀਟਰਿੰਗ ਨਾਲ ਜੁਆਇੰਟ ਕੀਤੀ ਗਈ ਇਹਨਾਂ ਦੇ ਕਿ ਤਾਂ ਕਿ ਇਹਨਾਂ ਦਾ ਸਹਾਇਤ ਬਣਿਆ। ਕਿੰਨੀਆਂ ਟੀਮਾਂ ਬਣਾਈਆਂ ਹੋਈਆਂ ਅੱਜ? ਅੱਜ ਇੱਕ ਟੀਮ ਇਹ ਸ਼ੁਰੂ ਕੀਤੀ ਗਈ ਹੈ ਬਠਿੰਡੇ ਵਾਸਤੇ। ਬਠਿੰਡਾ ਸ਼ਹਿਰ ਤੋਂ ਇਲਾਵਾ ਜਿਹੜਾ ਜ਼ਿਲ੍ਹੇ ਦੇ ਵਿੱਚ ਵੀ ਜਾਓਗੇ? ਡਿਸਟ੍ਰਿਕਟ, ਹਰ ਇੱਕ ਡਿਸਟ੍ਰਿਕਟ 'ਚ ਹੋਏਗਾ। ਹਾਂਜੀ ਹਾਂਜੀ। ਤੁਹਾਡੇ ਵੱਲੋਂ ਕਾਰਪੋਰੇਸ਼ਨ ਵੱਲੋਂ ਕਿੰਨਾ ਕੁ ਇਸ ਦੇ ਉੱਪਰ ਜਿਹੜਾ ਜੁਰਮਾਨਾ ਕੀਤਾ ਗਿਆ ਆਪਣਾ ਹੁਣ ਤੱਕ, ਜਾਂ ਕਿੰਨੇ ਤੋਂ ਕਿੰਨੇ ਤੱਕ ਦਾ ਕਰਦੇ ਹੋ? 100 ਗ੍ਰਾਮ ਤੱਕ ਦਾ ਇਹਦੇ ਵਿੱਚ 1000 ਦੀ ਪ੍ਰੋਵੀਜ਼ਨ ਹੈ, 2000 ਦੀ ਪ੍ਰੋਵੀਜ਼ਨ ਹੈ, ਔਰ 100 ਗ੍ਰਾਮ ਤੋਂ 500 ਗ੍ਰਾਮ ਤੱਕ ਇਹਦੀ ਪ੍ਰੋਵੀਜ਼ਨ ਹੈ 3000 ਦੀ, ਔਰ 1 ਕਿਲੋ ਤੱਕ 5000 ਦੀ, ਔਰ 1 ਕਿਲੋ ਤੋਂ 5 ਕਿਲੋ 10000, ਔਰ 5 ਕਿਲੋ ਤੋਂ ਉੱਪਰ 20000। ਇਹ ਸੈਨੀਟੇਸ਼ਨ ਬਾਇਲੋਜ਼ ਅਮੈਂਡਮੈਂਟ ਤੋਂ ਬਾਅਦ ਇਹ ਸਾਰੀਆਂ ਪ੍ਰੋਵੀਜ਼ਨ ਆਈਆਂ। ਇਸ ਤੋਂ ਪਹਿਲੇ ਸਿਰਫ 2000 ਅਤੇ ਦੂਸਰੀ ਵਾਰ ਪਕੜੇ ਜਾਣ 'ਤੇ 4000 ਰੁਪਏ ਜੁਰਮਾਨਾ ਹੁੰਦਾ ਸੀ, ਲੇਕਿਨ ਕਾਰਪੋਰੇਸ਼ਨ ਵੱਲੋਂ ਸੈਨੀਟੇਸ਼ਨ ਬਾਇਲੋਜ਼ ਅਡੋਪਟ ਕੀਤੇ ਗਏ ਆ ਪੰਜਾਬ ਲੈਵਲ 'ਤੇ, ਉਹਦੇ ਹਿਸਾਬ ਇਹਦੇ ਵੇਟ ਦੇ ਹਿਸਾਬ ਨਾਲ ਹੁਣ ਜੁਰਮਾਨੇ ਕੀਤੇ ਜਾ ਰਹੇ ਆ। ਕਿੰਨੇ ਕੁ ਲੋਕਾਂ ਨੂੰ ਹੁਣ ਤੱਕ ਕਰ ਦਿੱਤੇ? ਪਿਛਲੀ ਫਿਗਰ ਤਾਂ ਮੇਰੇ ਮਾਇੰਡ 'ਚ ਨਹੀਂ ਹੈ, ਪਰ ਅੱਜ ਅਸੀਂ ਸਾਰੀ ਮਾਰਕੀਟ ਚੈੱਕ ਕਰ ਰਹੇ ਹਾਂ, ਅਪਰੋਕਸੀਮੇਟਲੀ ਅਸੀਂ 20 ਤੋਂ 25 ਦੁਕਾਨਾਂ ਚੈੱਕ ਕਰ ਚੁੱਕੇ ਹਾਂ। ਜ਼ਿਆਦਾਤਰ ਜਿੱਥੇ ਵੀ ਜ਼ਿਆਦਾ ਇਹਦਾ ਯੂਜ਼ ਹੈ ਅਸੀਂ ਉਹਦੇ ਵੱਲ ਹੀ ਜ਼ਿਆਦਾ ਧਿਆਨ ਦੇ ਰਹੇ ਹਾਂ। ਇਸ ਤੋਂ ਬਾਅਦ ਅਸੀਂ ਡਿਸਟ੍ਰੀਬਿਊਟਰ ਕੋਲ ਚੈਕਿੰਗ 'ਤੇ ਜਾਵਾਂਗੇ।
ਵਾਇਲੇਸ਼ਨ ਕਿੰਨੀ ਕੁ ਹੋ ਰਹੀ ਹੈ ਇਸ ਦੀ? ਵਾਇਲੇਸ਼ਨ ਕਾਫੀ ਹੈ ਜੀ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਜਲਦੀ ਰੋਕ ਲਿਆ ਜਾਏ। ਅੱਛਾ, ਮਤਲਬ ਅੱਜ ਤੁਸੀਂ ਸ਼ਹਿਰ ਸਾਰਾ ਜਿਹੜਾ ਅੱਜ ਅਸੀਂ ਚੂਜ਼ ਕੀਤੀਆਂ ਕੁਛ ਏਰੀਆਜ਼ ਨੂੰ, ਸਿਰਫ ਅਸੀਂ ਅੱਜ ਉਹ ਏਰੀਆ ਕਰ ਰਹੇ ਹਾਂ, ਇਸ ਤੋਂ ਬਾਅਦ ਇੱਕ ਮੈਸੇਜ ਚਲਾ ਜਾਏਗਾ, ਜਾਂ ਤਾਂ ਲੋਕ ਆਪਣੇ ਆਪ ਰੋਕ ਲੈਣਗੇ। ਅਸੀਂ ਅਪੀਲ ਵੀ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਦੀ ਵਰਤੋਂ ਨਾ ਕਰੋ, ਇਹ ਇਨਵਾਇਰਮੈਂਟ ਵਾਸਤੇ ਵੀ ਠੀਕ ਨਹੀਂ ਹੈ, ਜਲਦੀ ਡੀਗਰੇਡ ਨਹੀਂ ਹੁੰਦੀ ਆ, ਪਲਾਸਟਿਕ ਬਹੁਤ ਟਾਈਮ ਲੱਗਦਾ ਇਹਨੂੰ ਡੀਗਰੇਡ ਹੋਣ 'ਤੇ। ਫਸਟ ਆਫ ਆਲ ਅੱਜ ਜਿਹੜਾ ਅਸੀਂ ਸ਼ੁਰੂਆਤ ਕੀਤੀ ਹੈ, ਇੱਕ ਤਰ੍ਹਾਂ ਦੀ ਅਪੀਲ ਹੈ, ਅੱਗੇ ਪ੍ਰੋਸੈਸ ਇਹ ਜਾਰੀ ਰਹੇਗੀ ਲਗਾਤਾਰ। ਸੀਵਰੇਜ ਸਿਸਟਮ ਜਿਹੜਾ ਇਸ ਦੇ ਨਾਲ ਬਲੋਕੇਜ ਵਗੈਰਾ? ਬਿਲਕੁਲ ਜੀ ਬਿਲਕੁਲ, ਸੀਵਰੇਜ ਸਿਸਟਮ ਦੀ ਕਾਫੀ ਜ਼ਿਆਦਾ ਪ੍ਰੋਬਲਮ ਹੈ, ਸੀਵਰੇਜ ਤੋਂ ਇਲਾਵਾ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਅੱਗੇ ਜਿਵੇਂ ਵੀ ਟਾਈਮ ਆਏਗਾ ਇਹਦੇ 'ਚ ਰੇਨ ਵਾਟਰ ਪਾਈਪ ਸਾਰੀਆਂ ਬਲੋਕ ਹੋ ਰਹੀਆਂ ਨੇ, ਸੀਵਰੇਜ ਦੇ ਵਿੱਚ ਹੀ ਜਾ ਰਿਹਾ ਸਾਰਾ ਪਲਾਸਟਿਕ।